ਤਪਿਆਣਾ ਸਾਹਿਬ ਗੁਰਦੁਆਰਾ ਅੱਜ ਵੀ ਭਾਈ ਬਾਲਾ ਜੀ ਦਾ ਅੰਗੀਠਾ ਸਾਹਿਬ ਹੈ। ਜਿਹੜੇ ਲੋਕ ਭਾਈ ਬਾਲਾ ਜੀ ਦੀ ਹੋਂਦ ਨੂੰ ਨਹੀਂ ਮੰਨਦੇ ਉਹਨਾਂ ਦੇ ਮਨ ਵਿੱਚ ਬੜੀ ਭਾਰੀ ਖੋਟ ਹੈ, ਕਪਟ ਹੈ। ਕਿਉਂ? ਜੇ ਭਾਈ ਬਾਲੇ ਨੂੰ ਮੰਨਣਾ ਪਊ ਫਿਰ ਇਤਿਹਾਸ ਨੂੰ ਮੰਨਣਾ ਪਊ, ਜੇ ਇਤਿਹਾਸ ਨੂੰ ਮੰਨਾਂਗੇ ਤਾਂ ਸਿੱਖ ਸਿਧਾਂਤਾਂ ਦੇ ਪ੍ਰਤੀ ਪੂਰੀ ਪਰਪੱਕਤਾ ਸਿੱਖਾਂ ਅੰਦਰ ਪੈਦਾ ਹੋਏਗੀ ਅਤੇ ਉਹਨਾਂ ਦੀ ਮਨਸ਼ਾ ਸਿੱਖ ਇਤਿਹਾਸ ਨੂੰ ਸਿੱਖ ਸਿਧਾਂਤ ਨੂੰ ਢਾਹ ਲਾਉਣੀ ਆ ਉਹ ਪੂਰੀ ਨਹੀਂ ਹੋਣੀ। ਉਹ ਸਿੱਖਾਂ ਦੇ ਸਿਧਾਂਤਾਂ ਦਾ ਖੰਡਨ ਮੰਡਨ ਕਰਨਾ ਚਾਹੁੰਦੇ ਆ, ਸਿੱਖ ਸਿਧਾਂਤਾਂ ਨੂੰ ਤੋੜਨਾ ਚਾਹੁੰਦੇ ਆ। ਇਸੇ ਕਰਕੇ ਉਹਨਾਂ ਨੇ ਭਾਈ ਬਾਲੇ ਦੀ ਹੋਂਦ ਤੋਂ ਇਨਕਾਰੀ ਹੋਏ, ਇਕੱਲਾ ਭਾਈ ਮਰਦਾਨੇ ਨੂੰ ਮੰਨਿਆ। ਸਾਧ ਸੰਗਤ ਜੀ, ਭਾਈ ਬਾਲੇ ਦੀ ਹੋਂਦ ਨੂੰ ਕੌਣ ਝੁਠਲਾ ਸਕਦਾ? ਗੁਰੂ ਸਾਹਿਬ ਆਪ ਉਹਦੀਆਂ ਜੜ੍ਹਾਂ ਲਾ ਕੇ ਗਏ ਗੁਰੂ ਅੰਗਦ ਦੇਵ ਜੀ। ਭਾਵ ਜਦੋਂ ਭਾਈ ਬਾਲਾ ਨੇ ਇਤਿਹਾਸ ਸੁਣਾਉਣ ਤੋਂ ਬਾਅਦ ਸਰੀਰ ਛੱਡਿਆ, ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਆਪਣੀ ਦੇਹ ਤਿਆਗੀ, ਸਤਿਗੁਰੂ ਜੀ ਨੇ ਆਪਣੇ ਹੱਥੀਂ ਉਹਨਾਂ ਦਾ ਇਸ਼ਨਾਨ ਕਰਾਇਆ ਔਰ ਆਪਣੇ ਦਰਬਾਰ ਦੇ ਤਪਿਆਣਾ ਸਾਹਿਬ ਬਿਲਕੁਲ ਕੋਲੇ ਮਹਾਰਾਜ ਜੀ ਨੂੰ ਉਹਨਾਂ ਦਾ ਅੰਗੀਠਾ ਤਿਆਰ ਕਰਾ ਕੇ ਆਪਣੇ ਹੱਥੀਂ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਦਾ ਸੰਸਕਾਰ ਕੀਤਾ ਅਤੇ ਆਪਣੇ ਹੱਥੀਂ ਮਹਾਰਾਜ ਜੀ ਨੇ ਉਹਨਾਂ ਦੀ ਸਮਾਧ ਉਹਨਾਂ ਦਾ ਅੰਗੀਠਾ ਬਣਾਇਆ। ਅੱਜ ਵੀ ਸੰਗਤਾਂ ਭਾਈ ਬਾਲੇ ਦੇ ਅੰਗੀਠੇ 'ਤੇ ਸਮਾਧੇ 'ਤੇ ਜਾ ਕੇ ਦਰਸ਼ਨ ਕਰਦੀਆਂ, ਨਮਸਕਾਰਾਂ। ਸੰਤ ਬਾਬਾ ਜਰਨੈਲ ਸਿੰਘ ਜੀ, ਮੈਂ ਅੱਖੀ ਵੇਖਿਆ ਜਦੋਂ ਖਡੂਰ ਸਾਹਿਬ ਦੇ ਪ੍ਰੋਗਰਾਮ ਹੁੰਦੇ, ਪਹਿਲਾਂ ਅੰਦਰ ਤਪਿਆਣਾ ਸਾਹਿਬ ਨਮਸਕਾਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕਰਨੀਆਂ, ਫਿਰ ਭਾਈ ਬਾਲਾ ਜੀ ਦੇ ਅੰਗੀਠੇ ਦੀਆਂ ਪ੍ਰਕਰਮਾ ਨਮਸਕਾਰ ਕਰਕੇ ਪਤੇ ਬੁਲਾਉਣੀ ਉਹਨਾਂ ਨੂੰ। ਉੱਥੋਂ ਇਹ ਇਤਿਹਾਸ ਦਾ ਜਨਮ ਹੋਇਆ। ਉਹਨਾਂ ਨੇ ਸਾਰਾ ਇਤਿਹਾਸ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਗੁਰੂ ਅੰਗਦ ਦੇਵ ਜੀ ਨੂੰ, ਗੁਰਸਿੱਖਾਂ ਨੂੰ ਸੁਣਾਇਆ। ਭਾਈ ਪੈੜੇ ਮੋਖੇ ਤੋਂ ਜੋ ਸੁਲਤਾਨਪੁਰ ਸਾਹਿਬ ਸਤਿਗੁਰਾਂ ਦਾ ਸਿੱਖ ਸੀ ਗੁਰੂ ਨਾਨਕ ਦੇਵ ਜੀ ਦਾ, ਉਹਤੋਂ ਇਹ ਸਾਰਾ ਇਤਿਹਾਸ ਭਾਈ ਬਾਲੇ ਦੀ ਜਨਮ ਸਾਖੀ ਵਿੱਚ ਲਿਖਾਇਆ। ਫਿਰ ਦੁਬਧਾ ਪਾਉਣ ਵਾਲੇ ਜਿਹੜੇ ਆ ਸਾਧ ਸੰਗਤ ਜੀ, ਮੁੱਢ ਕਤੀਮ ਤੋਂ ਸਰਕਾਰਾਂ ਦੇ ਜਰ ਖਰੀਦ ਉਹ ਤੁਰੇ ਹੀ ਆਏ ਆ। ਫਿਰ ਸਾਧ ਸੰਗਤ ਜੀ ਜਿਹੜੇ ਹੰਦਾਲੀਏ ਸਨ, ਹਰ ਭਗਤ ਨਰੰਜਣੀਆਂ ਜੰਡਿਆਲੇ ਦਾ ਰਹਿਣ ਵਾਲਾ, ਜਿਹਨੇ ਭਾਈ ਤਾਰੂ ਸਿੰਘ ਜੀ ਦੀ ਮੁਖਬਰੀ ਕੀਤੀ ਸੀ, ਗਦਾਰੀ ਕੀਤੀ ਸੀ, ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਸੀ ਮੁਗਲਾਂ ਵਿੱਚ, ਇਹਨਾਂ ਹੰਦਾਲੀਆਂ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਅਸਲੀ ਜਿਹੜੀ ਸੀ ਉਹ ਇਹਨਾਂ ਦੇ ਹੱਥ ਲੱਗੀ। ਇਹਨਾਂ ਨੇ ਉਹਦੇ ਬਰਾਬਰ ਨਾ ਮਨ ਘੜਤ ਸਾਖੀਆਂ ਬਣਾ ਕੇ ਆਪਣੇ ਵੱਲੋਂ ਇੱਕ ਜਨਮ ਸਾਖੀ ਭਾਈ ਬਾਲੇ ਦੇ ਨਾਮ 'ਤੇ ਤਿਆਰ ਕੀਤੀ ਔਰ ਜਿਹੜੀ ਅਸਲੀ ਜਨਮ ਸਾਖੀ ਸੀ ਉਹਦਾ ਸੰਸਕਾਰ ਕਰਕੇ ਉਹਨੂੰ ਬਿਆਸ ਦਰਿਆ ਵਿੱਚ ਰੋੜ ਦਿੱਤਾ, ਜਿਹੜੀ ਭਾਈ ਬਾਲੇ ਤੋਂ ਸਤਿਗੁਰੂ ਜੀ ਨੇ ਸੁਣ ਕੇ ਪੈੜੇ ਮੋਖੇ ਤੋਂ ਲਿਖਾਈ। ਇਹ ਗੁਰੂ ਬੰਸਾਂ ਵਿੱਚੋਂ ਅੱਗੇ ਤੋਂ ਅੱਗੇ ਇਹਨਾਂ ਕੋਲ ਆ ਗਿਆ ਨਾ ਉਹ ਸਾਰਾ ਇਤਿਹਾਸ। ਫਿਰ ਉਹਦੇ ਵਿੱਚ ਇਹਨਾਂ ਨੇ ਬਹੁਤ ਵਾਧ ਘਾਟ ਮਨ ਘੜਤ ਕਹਾਣੀਆਂ ਪਾ ਕੇ ਪ੍ਰਚਲਿਤ ਕੀਤਾ ਕਿ ਭਾਈ ਬਾਲੇ ਦੀ ਜਨਮ ਸਾਖੀ ਹੁਣ ਆਮ ਬੰਦਾ ਕਿਵੇਂ ਨਖੇੜਾ ਕਰੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਫਿਰ ਜਿਹੜਾ ਅਸਲੀ ਸਿਧਾਂਤਕ ਬਚਨ ਸਨ, ਸਾਖੀਆਂ ਸਨ, ਗੁਰੂ ਸਾਹਿਬ ਦਾ ਇਤਿਹਾਸ ਸੀ, ਉਹਨਾਂ ਨੇ ਉਹਦੇ ਵਿੱਚੋਂ ਅਸਲੀ ਅਸਲੀ ਰੱਖ ਕੇ ਦੂਜਾ ਸਾਰਾ ਬਾਹਰ ਕੱਢ ਕੇ ਉਹਨੂੰ ਕਾਵਿ ਵਿੱਚ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖੇ। ਫਿਰ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ, ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ, ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਲਿਖਿਆ। ਸੋ ਇਹ ਘਾਲਣਾ, ਇਹ ਇਤਿਹਾਸ, ਇਤਿਹਾਸ ਕੌਮਾਂ ਦੀ ਜਿੰਦ ਜਾਨ ਹੁੰਦੀ ਹੈ। ਇਤਿਹਾਸ ਪੜ੍ਹ ਕੇ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਨੇ ਤੁਹਾਡੇ ਨਾਲ, ਤੁਹਾਡੇ ਸਿਧਾਂਤਾਂ ਨਾਲ, ਤੁਹਾਡੀਆਂ ਰੋਹ ਰੀਤਾਂ ਨਾਲ ਜੁੜਨਾ। ਦਾਦੇ ਨੇ ਦੱਸਿਆ
ਕਿ ਮੇਰਾ ਪੁੱਤਰ ਇਹ ਕਾਰਜ ਕਰਦਾ ਰਿਹਾ। ਪੋਤਰੇ ਨੂੰ ਸਮਝਾਇਆ, ਪੋਤਰੇ ਨੇ ਅੱਗੇ ਤੋਂ ਅੱਗੇ ਆਪਣੀ ਅਗਲੀ ਔਲਾਦ ਨੂੰ ਦੱਸਿਆ